ਸੈਨ 106 ਤੋਂ ਫੌਜੀਆਂ ਦੇ ਪਰਿਵਾਰਾਂ ਦੇ ਸਿਹਤਕਰਨ ਦੇ ਤਿਸ਼ਾ ਵਿੱਚ ਕੰਮ ਕਰ ਰਿਹਾ ਗੈਰ ਸਰਕਾਰੀ ਸੰਗਠਨ ਸੈਨਾ ਪਤਨੀ ਕਲਿਆਣ ਸੰਘ ਆਵਾਦੀ 56ਵੀਂ ਵਰੇਗੰਡ ਮੌਕੇ ਜਲੰਧਰ ਛੋਣੀ ਵਿੱਚ ਆਵਾ ਹਫਤਾ 16 ਤੋਂ 23 ਅਗਸਤ ਤੱਕ ਮਨਾਇਆ ਗਿਆ ਇਸ ਸਾਲ ਆਵਾ ਹਫਤੇ ਦਾ ਵਿਸ਼ਾ ਨਾਰੀ ਸਸ਼ਕਤੀਕਰਨ ਨਾਲ ਸੰਬੰਧਿਤ ਰਿਹਾ ਇਨ ਸਟ੍ਰਾਈਡ ਵਿਦ ਫਿਊਚਰ ਇਸ ਹਫਤੇ ਦੌਰਾਨ ਵੱਖ-ਵੱਖ ਮੁੱਦਿਆਂ ਤੇ ਚਰਚਾ ਖਾਸ ਤੌਰ ਤੇ ਮਹਿਲਾ ਅਧਿਕਾਰ ਲੇਖ ਤੇ ਕਵਿਤਾ ਲੇਖਣ ਅਤੇ ਕਈ ਹੋਰ ਮੁਕਾਬਲੇ ਕਰਵਾਏ ਗਏ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਪੂਰੀ ਮੈਡੀਕਲ ਜਾਂਚ ਲਈ ਫੌਜੀ ਹਸਪਤਾਲਾਂ ਵੱਲੋਂ ਸਿਰਫ ਔਰਤਾਂ ਲਈ 3 ਦਿਨਾਂ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਸਿਲੰਦਰ ਚੌਣੀ ਦੇ ਵਜਰ ਹਾਲ ਵਿੱਚ ਅੱਜ ਹੋਏ ਸਮਾਪਤੀ ਸਮਾਗਮ ਦੌਰਾਨ ਆਰਮੀ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਸਮਾਜਿਕ ਮੁੱਦੇ ਤੇ ਸਟੇਜ ਪਲੇ ਦਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਵਜਰ ਆਵਾਦੀ ਪ੍ਰਧਾਨ ਰਾਣੀ ਸ਼ਰਮਾ ਨੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਉਹਨਾਂ ਆਵਾ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਸ਼ਾਨਦਾਰ ਕੰਮ ਲਈ ਵਧਾਈ ਦਿੱਤੀ ਅਤੇ ਹਰ ਮਹਿਲਾ ਨੂੰ ਆਸ਼ਾ ਵਿਸ਼ਵਾਸ ਅਤੇ ਆਸਥਾ ਨਾਲ ਆਵਾ ਦੇ ਸਮੁੱਚੇ ਉਦੇਸ਼ ਹਾਸਲ ਕਰਨ ਲਈ ਸਖਤ ਮਿਹਨਤ ਕਰਨ ਵਾਸਤੇ ਆਖਿਆ